ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਆ ਮੀਨੀ ਮੱਝ ਇਹ ਮੇਰੀ ਆਪਣੀ ਘਰ ਦੀ ਰੱਖੀ ਹੋਈ ਮੱਝ ਹੈ ਵਕਾਊ ਨਹੀਂ ਹੈ ਇਸ ਮੱਝ ਦੀ ਵੀਡੀਓ ਪਹਿਲਾਂ ਵੀ ਕੁਝ ਦਿਨ ਪਹਿਲਾਂ ਚੈਨਲ ਦੇ ਉੱਤੇ ਅਪਲੋਡ ਕੀਤੀ ਸੀ ਅੱਜ ਫੇਰ ਇਹਨੂੰ ਚੈਨਲ ਦੇ ਉੱਤੇ ਅਪਲੋਡ ਕਰਨ ਲੱਗਾ ਕਿਉਂਕਿ ਇਹ ਅੱਜ ਰਾਤ ਨੂੰ ਜਾਂ ਤਾਂ ਜਾਂ ਕੱਲ ਦਿਨ ਤੱਕ ਸੂਪੂਗੀ ਇਹ ਵੀਡੀਓ ਪਾਉਣ ਦੇ ਪਿੱਛੇ ਮੇਰਾ ਇੱਕ ਮਕਸਦ ਇਹ ਵੀ ਸੀ ਕਿ ਕੁਝ ਵੀਰਾਂ ਨੂੰ ਇਹ ਦੱਸਿਆ ਜਾਵੇ ਕਿ ਜੇ ਤੁਸੀਂ ਪਸ਼ੂ ਖਰੀਦਣਾ ਤਾਂ ਘੱਟ ਰੇਟ ਦੇ ਵਿੱਚ ਪੰਜਾਬ ਦੇ ਵਿੱਚੋਂ ਤੁਸੀਂ ਚੰਗਾ ਪਸ਼ੂ ਲੱਭ ਸਕਦੇ ਆ ਇਹ ਮੱਝ ਮੈਂ 58000 ਚ ਪਹਿਲੇ ਸੂਏ ਖਰੀਦੀ ਸੀ ਇਸ ਵਾਰ ਇਹਨੇ ਦੂਜੇ ਸੂਏ ਸੋਣਾ ਪਹਿਲੇ ਸੂਏ ਦੁੱਧ 15 ਕਿਲੋ ਦਿੱਤਾ ਸੀ ਜ਼ਰੂਰੀ ਨਹੀਂ ਕਿ ਤੁਸੀਂ ਜ਼ਿਆਦਾ ਪੈਸਾ ਲਾ ਕੇ ਹੀ ਪਸ਼ੂ ਤੁਹਾਨੂੰ ਚੰਗਾ ਮਿਲੂਗਾ ਜੇ ਤੁਹਾਨੂੰ ਸ਼ੌਂਕ ਹੈ ਤੇ ਥੋੜੀ ਬਹੁਤ ਪਰਖ ਹੈ ਤਾਂ ਤੁਸੀਂ ਪੰਜਾਬ ਦੇ ਵਿੱਚ ਕੋਜ਼ੇਰੀਆ ਘੁੰਮੋ ਤੇ ਇੱਥੋਂ ਤੁਸੀਂ ਪਸ਼ੂ ਖਰੀਦ ਸਕਦੇ ਆ ਪਹਿਲਣ ਮੱਝ ਜੇ ਤੁਹਾਨੂੰ ਪੰਜਾਬ ਦੇ ਵਿੱਚੋਂ 10 ਕਿਲੋ ਦੁੱਧ ਵਾਲੀ ਜੇ 65 60 60000 ਚ ਮਿਲਦੀ ਆ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਦੂਜੀ ਸੂਏ ਉਹ 14 15 ਕਿਲੋ ਦੁੱਧ ਤੇ ਚਲੀ ਜਾਊਗੀ ਤੇ ਉਹਦੀ ਕੀਮਤ ਵੀ ਕਾਫੀ ਵੱਧ ਜਾਂਦੀ ਹੈ ਸੋ ਜ਼ਰੂਰੀ ਨਹੀਂ ਇਹਦੇ ਲਈ ਤੁਹਾਨੂੰ ਪਸ਼ੂ ਖਰੀਦਣ ਵਾਸਤੇ ਬਾਹਰ ਹੀ ਜਾਣਾ ਪਊ ਪੰਜਾਬ 'ਚ ਬਹੁਤ ਚੰਗੇ ਪਸ਼ੂ ਹੈਗੇ ਆ ਬਸ ਇਹ ਆ ਵੀ ਤੁਹਾਨੂੰ ਆਪ ਨੂੰ ਪਰਖ ਹੋਣੀ ਚਾਹੀਦੀ ਹੈ ਦੂਜੀ ਗੱਲ ਸੰਭਾਲਣ ਵੇਲੇ ਜਾਂ ਪਸ਼ੂ ਨੂੰ ਰੱਖਣ ਦਾ ਸ਼ੌਂਕ ਹੋਣਾ ਚਾਹੀਦਾ ਵੀਡੀਓ ਮੈਂ ਆਪਣੇ ਪਸ਼ੂਆਂ ਦੀਆਂ ਜਿਆਦਾ ਅਪਲੋਡ ਕਰਦਾ ਪਰ ਉਹਦੇ ਪਿੱਛੇ ਇੱਕ ਮਕਸਦ ਇਹ ਵੀ ਹੈ ਕਿ ਮੇਰੀ ਫੈਮਿਲੀ ਨੂੰ ਸ਼ੌਂਕ ਹੈ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਵੀ ਸ਼ੌਂਕ ਹੈ ਕਿ ਵੀਡੀਓ ਚੈਨਲ ਦੇ ਉੱਤੇ ਪਾ ਕੇ ਦੇਖਿਆ ਜਾਵੇ ਵੀ ਲੋਕ ਕਿਦਾਂ ਦੇ ਕਮੈਂਟ ਕਰਦੇ ਆ ਬਹੁਤ ਸਾਰੇ ਵੀਰਾਂ ਵੱਲੋਂ ਪੋਜੀਟਿਵ ਕਮੈਂਟ ਆਉਂਦੇ ਆ ਹੌਸਲਾ ਵਧਾਉਣ ਵਾਲੇ ਤਾਂ ਉਹ ਇੱਕ એનર્ਜੀ ਦਾ ਕੰਮ ਕਰਦੇ ਆ ਇਸ ਲਈ ਇਹ ਵੀਡੀਓ ਮੈਂ ਇੱਕ ਵਾਰ ਫੇਰ ਅਪਲੋਡ ਕਰ ਰਿਹਾ ਮਾਰਵੀਰ ਜਰੂਰ ਦੱਸਿਓ ਜੇ ਕਿ ਇਹ ਮੱਝ ਕਿੰਨੇ ਕ ਦੁੱਧ ਵਾਲੀ ਤੁਹਾਨੂੰ ਲੱਗਦੀ ਹੈ ਅੱਜ ਇਹ ਨਵਾਈ ਨਹੀਂ ਕਿਉਂਕਿ ਠੰਡ ਕਾਫੀ ਸੀਗੀ ਇਸ ਤੋਂ ਬਾਅਦ ਇੱਕ ਪੁਰਾਣੀ ਵੀਡੀਓ ਜਿਹੜੀ 2-3 ਦਿਨ ਪਹਿਲਾਂ ਬਣਾਈ ਸੀ ਉਹ ਚਾਲੂ ਹੋ ਜੂਗੀ ਉਹਦੇ 'ਚ ਮੱਜ ਨਵਾਈ ਸੀ ਜਿਹਦੇ 'ਚ ਤੁਹਾਨੂੰ ਇਹਦੀ ਬਰੀਡ ਦਾ ਅੰਦਾਜ਼ਾ ਚੰਗੀ ਤਰ੍ਹਾਂ ਹੋਣ ਲੱਗ ਜੂਗਾ ਕਿਹੜੀ ਬਰੀਡ ਦੇ ਵਿੱਚ ਹੈ ਕਾਫੀ ਸੋਹਣਾ ਸਟਰਕਚਰ ਇਹ ਸਮਝਦਾ ਹੈਗਾ ਥਨ ਲਿਵਾ ਐਕਸਟਰਾਔਡੀਨਰੀ ਹੈ ਲੰਬਾ ਟਾਈਮ ਇਹਨੇ ਦੁੱਧ ਦਿੱਤਾ ਲਗਭਗ 7.5 ਮਹੀਨੇ ਗੱਬਣ ਹੋਣ ਤੋਂ ਬਾਅਦ ਚ 7.5 ਮਹੀਨੇ ਤੱਕ ਇਹਦਾ ਦੁੱਧ ਚੋਇਆ ਲਗਭਗ 7 ਲੀਟਰ ਤੇ ਇਹਨੂੰ ਡਰਾਈ ਕੀਤਾ ਪਹਿਲੇ ਸੂਏ ਦਾ ਕੱਟਾ ਸੀਗਾ ਜਿਹੜਾ ਕ੍ਰਾਸ ਬਰੀਡ ਦੇ ਵਿੱਚ ਸੀਗਾ ਫਿਰ ਉਹਨੂੰ ਮੈਂ ਸੇਲ ਕਰਤਾ ਸੀ ਲੰਬਾ ਟਾਈਮ ਦੁੱਧ ਪੀਉਣ ਵਾਲੀ ਮੱਝ ਨੀਲੀ ਰਾਵੀ ਦੇ ਵਿੱਚ ਧੰਨਵਾਦ ਕਿਸਾਨ ਵੀਰੋ ਵੀਡੀਓ ਦੇਖਣ ਵਾਸਤੇ ਮੱਝ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਰੱਬ ਰਾਖਾ